ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਆਸ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਕੌਮੀ ਇਨਸਾਫ ਮੋਰਚਾ ਦੇ ਵਿੱਚ ਵੱਖਰੀ ਤਸਵੀਰ ਦੇਖਣ ਨੂੰ ਮਿਲੀ ਹੈ। ਇਹ ਜੋ ਨੌਜਵਾਨ ਤੁਸੀਂ ਦੇਖ ਰਹੇ ਹੋ, ਇਹ ਕੂੜਾ ਕਰਕਟ ਇਕੱਠਾ ਕਰਨ ਵਾਲਾ ਨਹੀਂ ਹੈਗਾ, ਨਾ ਵੀ ਇਹ ਕੋਈ ਪੈਸੇ ਲਈ ਇਕੱਠਾ ਕਰ ਰਿਹਾ। ਇਹਦੇ ਦਿਲ ਦੇ ਵਿੱਚ ਸੇਵਾ ਭਾਵਨਾਵਾਂ ਹੈ। ਇਹ ਦੂਜੀ ਹੈ, ਦੁੱਧ ਪਾਉਂਦਾ ਹੈ ਪਿੰਡਾਂ ਦੇ ਵਿੱਚ ਜਾ ਕੇ, ਘਰਾਂ ਦੇ ਵਿੱਚ ਜਾ ਕੇ। ਮਹੀਨੇ ਦੀ ਇਹਦੀ ਜੇ ਇਨਕਮ ਕਾਫੀ ਹੈ। ਇਹ ਇੱਕ ਦਿਨ ਦਾ ਮੈਨੂੰ ਲੱਗਦਾ 5-7 ਹਜ਼ਾਰ ਰੁਪਏ ਦਾ ਦੁੱਧ ਪਾਉਂਦਾ, 20-25 ਬਈ ਕੋਲ ਮੱਝਾਂ ਨੇ। ਪਰ ਇਹਦੀ ਸੇਵਾ ਭਾਵਨਾਵਾਂ ਹੈ ਕਿ ਮੈਂ ਮੋਰਚੇ ਦੇ ਵਿੱਚ ਸੇਵਾ ਕਰਾਂ ਤਾਂ ਇਸ ਕਦਰ ਕਰਾਂ ਕਿ ਸੰਗਤ ਦੀ ਹਰ ਇੱਕ ਚੀਜ਼ ਜੋ ਕੂੜਾ ਨੀਚੇ ਡਿੱਗਿਆ ਪਿਆ ਹੋਇਆ ਉਹ ਚੱਕ ਕੇ ਮੈਂ ਜਿਹੜਾ ਸਹੀ ਥਾਂ 'ਤੇ ਜਿਹੜੀ ਕੂੜੇ ਦੀ ਅਸਲ ਜਗ੍ਹਾ ਹੈ ਉੱਥੇ ਪਾ ਸਕਾਂ। ਤਾਂ ਸੇਵਾ ਕਰ ਰਹੇ ਨੇ, ਬਾਈ ਨਾਲ ਗੱਲ ਵੀ ਕਰਾਂਗਾ। ਬਾਈ ਦਾ ਨਾਮ ਕਾਕਾ ਹੈ, ਇਹ ਇੱਥੇ ਚੰਡੀਗੜ੍ਹ ਦਾ ਰਹਿਣ ਵਾਲੀ ਹੈ। ਬਾਈ ਕੋਲ ਮੱਝਾਂ ਵੀ ਨੇ, ਤਕਰੀਬਨ 20-25 ਦੇ ਨੇੜੇ ਮੱਝਾਂ ਨੇ। ਤਾਂ ਬਾਈ ਇੱਥੇ ਸੇਵਾ ਕਰਦਾ, ਬਾਈ ਇਹ ਸੇਵਾ ਕਿਵੇਂ ਫਿਰ ਤੁਹਾਡੇ ਜ਼ਹਿਨ ਦੇ ਵਿੱਚ ਆਈ ਜਿਹੜੀ ਤੁਸੀਂ ਇੱਥੇ ਕਰਦੇ ਹੋ? ਮੈਂ ਦੇਖਿਆ ਜੀ ਕੋਈ ਕਿਸੇ ਸੇਵਾ ਕੋਈ ਸੀ, ਮਨ ਕੀ ਸੇਵਾ ਤਾਂ ਹੈ ਜੀ। ਤਨ ਮਨ ਕੀ ਸੇਵਾ ਹੈ, ਕੂੜਾ ਕਚਰਾ। ਕਿੰਨੇ ਸਮੇਂ ਤੋਂ ਕਰ ਰਹੇ ਫਿਰ ਇੱਥੇ? 7 ਤਰੀਕਾ ਜੀ। ਅੱਛਾ ਅੱਛਾ, ਹੋਰ ਕੀ ਕੁਛ ਤੁਹਾਡੀ ਜ਼ਿੰਦਗੀ ਦਾ ਇਹਦੇ ਵਿੱਚ ਖਾਸ ਹੈ? ਤੁਸੀਂ ਕਿਹੜੀ ਫੈਮਿਲੀ ਤੋਂ ਬਿਲੋਂਗ ਕਰਦੇ ਹੋ? ਮੈਂ ਮੋਤੀ ਮਹਿਰਾ, ਮਹਿਰਾ ਜਾਤਕਾ ਜੀ। ਅੱਛਾ, ਮੋਤੀ ਮਹਿਰਾ ਜੀ ਦੇ। ਅੱਛਾ ਅੱਛਾ, ਤਾਂ ਇੱਥੇ ਫਿਰ ਕਿਵੇਂ ਤੁਹਾਡੇ ਦਿਲ ਦੇ ਵਿੱਚ ਭਾਵਨਾਵਾਂ ਆਈਆਂ ਸੀ? ਮੇਰੇ ਦਿਲ 'ਚ ਵੀ ਕੁਛ ਕਰ ਦੀਏ, ਕੁਛ ਕਰ ਦੇ, ਕਿਸੇ ਦੀ ਕਿਸੇ ਕਿਹੋ ਜਿਹੀ ਡਿਊਟੀ ਕਿਸੇ ਕਿਹਾ ਜੀ, ਮੈਂ ਕਿਹਾ ਡਿਊਟੀ ਕਚਰੇ ਕੀ ਲਾ ਲਓ ਆਪਣੀ। ਅੱਛਾ, ਕਚਰਾ ਸਾਫ਼ ਕਰਨੀ। ਤਾਂ ਤੁਹਾਨੂੰ ਘਰਦੇ ਨਹੀਂ ਆਲੇ ਦੁਆਲੇ ਵਾਲੇ ਨਹੀਂ ਕਹਿੰਦੇ ਵੀ ਤੂੰ ਤਾਂ ਕੂੜਾ ਇਕੱਠਾ ਕਰਨ ਲੱਗ ਗਿਆ? ਕਰਕੇ ਕਹਿੰਦੇ ਨੇ, ਜੇ ਦੁਨੀਆ ਕਹੀ ਜਾ ਤਾਂ ਕਹੀ ਜਾਂਦੇ, ਮੈਂ ਦੁਨੀਆ ਕੀ ਕਰਵਾ ਦੀ। ਕਰਕੇ ਮੇਰੇ ਕੁਛ ਕਹਿੰਦੇ। ਅੱਛਾ, ਤੇ ਕਿੰਨਾ ਕੁ ਵਧੀਆ ਲੱਗਦਾ ਫਿਰ ਇੱਥੇ? ਬਹੁਤ ਵਧੀਆ ਲੱਗਦਾ, ਇੱਥੇ ਮਨ ਨੂੰ ਸਕੂਨ ਮਿਲਦਾ ਬਹੁਤ ਜ਼ਿਆਦਾ। ਬਾਬੇ ਨਾਨਕ ਦਾ ਵਾਸ ਹੈ। ਕੀ ਬਾਤ ਹੈ, ਕਿਹੜੇ ਕਿਹੜੇ ਰੂਹਾਂ ਨਾਲ ਮੁਲਾਕਾਤ ਹੋਈ ਇੱਥੇ? ਸਭ ਰੂਹਾਂ, ਸਭ ਵਧੀਆ ਰੂਹਾਂ ਨਾਲ ਮੁਲਾਕਾਤ ਹੋਈ। ਸਭ ਕਹਿੰਦੇ ਚੰਗਾ ਕੰਮ ਕਰਦਾ ਬੇਟੇ, ਤੂੰ ਚੰਗਾ ਕੰਮ ਕਰਦਾ। ਜੀ ਬਹੁਤ ਸ਼ੁਕਰੀਆ, ਇਹ ਵੱਡਾ ਮੈਸੇਜ ਹੈ ਮੋਰਚੇ ਦੇ ਵਿੱਚ, ਕਿਸ ਤਰ੍ਹਾਂ ਇਹ ਕੂੜਾ ਕਰਕਟ ਇਕੱਠਾ ਕਰਕੇ ਜਿਹੜੀ ਅਸਲ ਜਗ੍ਹਾ ਉੱਥੇ ਸਿੱਟਦੇ ਨੇ। ਤਾਂ ਸੇਵਾ ਭਾਵਨਾਵਾਂ ਵੱਖਰੀ ਹੈ, ਤਾਂ ਇਹ ਸੇਵਾ ਕਰ ਰਹੇ ਨੇ। ਤਾਂ ਇੱਥੋਂ ਚੰਡੀਗੜ੍ਹ ਦੇ ਰਹਿਣ ਵਾਲੀ ਇਹ ਕਾਕਾ ਨੇ, ਤਾਂ ਇਹ ਦੁੱਧ ਪਾਉਂਦੇ ਨੇ, ਪੇਸ਼ੇ ਵਜੋਂ ਦੁੱਧ ਜੀ ਨੇ, ਤਾਂ ਵੱਖਰੀ ਸੇਵਾ ਕਰਦੇ ਨੇ। ਤੁਹਾਨੂੰ ਇਹ ਤਸਵੀਰ ਕਿਸ ਤਰ੍ਹਾਂ ਲੱਗੀ, ਇਸ ਨੂੰ ਵੀ ਸਾਂਝੀ ਕਰਿਓ ਅੱਗੇ, ਤਾਂ ਕਿਸ ਕਦਰ ਇਹਨਾਂ ਵੱਲੋਂ ਇੱਥੇ ਦੇਖਣ ਵਾਲੇ ਨੂੰ ਤਾਂ ਲੱਗਦਾ ਕਿ ਕੂੜਾ ਇਕੱਠਾ ਕਰਨ ਵਾਲਾ ਹੈ, ਇੱਕ ਕੋਈ ਕਬਾੜੀਆ ਹੈ ਕਿ ਕੂੜਾ ਇਕੱਠਾ ਕਰਕੇ ਜਾਂ ਕਬਾੜ ਇਕੱਠਾ ਕਰਕੇ ਕੁਛ ਉਹਦਾ ਲਾਭ ਲਏਗਾ। ਇਹਨਾਂ ਦਾ ਕਹਿਣਾ ਹੈ ਕਿ ਮੈਂ ਕੋਈ ਲਾਭ ਨਹੀਂ ਲੈਂਦਾ, ਕਿ ਮੈਂ ਸਿਰਫ ਸੇਵਾ ਭਾਵਨਾਵਾਂ ਦੇ ਲਈ ਇਸ ਨੂੰ ਕਰਦਾ, ਕਿ ਕੋਈ ਇੱਥੇ ਗੰਦਗੀ ਨਾ ਹੋਵੇ, ਕੋਈ ਅਜਿਹਾ ਕੂੜਾ ਨਾ ਪਿਆ ਰਹੇ, ਜੋ ਕੱਪ ਨੇ ਕੋਈ ਬ੍ਰੈਡ ਨੇ ਜਿਵੇਂ ਚੱਕ ਚੱਕ ਅੱਗੇ ਇਸ ਦੇ ਵਿੱਚ ਜੇ ਗੱਲ ਕੀਤੀ ਜਾਵੇ ਅੱਗੇ ਨੂੰ ਸਿੱਟਦੇ ਨੇ।